ਸੈਮ। ਅੱਜ ਭਰੂਣ ਹੱਤਿਆ ਦੇ ਵਿਸ਼ੇ 'ਤੇ ਇੱਕ ਬੁੱਕ ਮੈਂ ਸੰਪਾਦਿਤ ਕੀਤੀ ਆ, ਨਾ ਮਾਰੋ ਅਣਜੰਮੀਆਂ। ਕਿਉਂਕਿ ਜਿਹੜੇ ਲੋਕ ਅੱਜ ਵੀ ਪੁੱਤਰ ਦੀ ਲਾਲਸਾ ਦੇ ਵਿੱਚ ਕੁੱਖ ਦੇ ਵਿੱਚ ਧੀਆਂ ਮਰਵਾਉਂਦੇ ਆ, ਉਹਨਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ ਕਿਤਾਬ। ਉਹਨਾਂ ਲੋਕਾਂ ਨੂੰ ਗੀਤਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਇਸ ਕਿਤਾਬ ਦੇ ਵਿੱਚ ਪੰਜਾਬ ਦੇ ਨਾਮਵਰ ਸ਼ਾਇਰਾਂ, ਗੀਤਕਾਰਾਂ ਅਤੇ ਲੇਖਕਾਂ ਦੀਆਂ ਰਚਨਾਵਾਂ ਸ਼ਾਮਿਲ ਨੇ। ਜਾਨੀ ਪਾਤਰ ਸਾਹਿਬ ਤੋਂ ਸ਼ੁਰੂ ਕਰਕੇ ਜਿੰਨੇ ਵੀ ਉਹਨਾਂ ਦੇ ਸਮਕਾਲੀ ਸ਼ਾਇਰ ਨੇ ਔਰ ਪੰਜਾਬੀ ਦੇ ਜਿੰਨੇ ਵੀ ਨਾਮਵਰ ਗੀਤਕਾਰ ਇਸ ਸ਼ਾਮਿਲ ਦੇ ਵਿੱਚ ਇਸ ਕਿਤਾਬ 'ਚ ਸ਼ਾਮਿਲ ਕੀਤੇ ਗਏ ਆ। ਇਸ ਤੋਂ ਪਹਿਲਾਂ ਵੀ ਮੈਂ ਕਈ ਕਿਤਾਬਾਂ ਸੰਪਾਦ ਕੀਤੀਆਂ, ਪਹਿਲਾਂ ਜੰਗਲਾਂ ਦੇ ਰੁੱਖ ਬੋਲਦੇ, ਹੋਰ ਬੜੀਆਂ ਕਿਤਾਬਾਂ ਪੰਜਾਬੀ ਦੇ ਸੰਪਾਦ ਕੀਤੀਆਂ ਅਤੇ ਇਹ ਮੇਰੀ 6ਵੀਂ ਕਿਤਾਬ ਆ। ਅਤੇ ਇਸ ਕਰਕੇ ਜਿੰਨੀ ਵਾਹਿਗੁਰੂ ਨੇ ਹਿੰਮਤ ਬਖਸ਼ੀ ਹੈ ਅਤੇ ਇਹ ਕਿਤਾਬਾਂ, ਇਹ ਮੈਂ ਇੱਕ ਸੇਵਾ ਦੇ ਤੌਰ 'ਤੇ ਹਿੰਮਤ ਮਾਰ ਕੇ ਜਿਹੜੀ ਬੁੱਕ ਅੱਜ ਰਿਲੀਜ਼ ਕੀਤੀ ਗਈ ਆ, ਨਾ ਮਾਰੋ ਅਣਜੰਮੀਆਂ। ਔਰ ਇਹ ਵੀ ਇੱਕ ਸਮਾਜ ਦੇ ਵਿੱਚ ਚੰਗਾ ਸੁਨੇਹਾ ਦੇਊਗੀ, ਚੰਗਾ ਸੰਦੇਸ਼ ਜਾਊਗਾ। ਅਤੇ ਮੈਂ ਇਹਦੇ ਨਾਲ ਹੀ ਆਪਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰ। ਸਾਡੇ ਵਿਚਕਾਰ ਬੜੀ ਮਾਣ ਵਾਲੀ ਗੱਲ ਹੋਈ ਹੈ ਜੀ, ਮੁੱਖ ਮਹਿਮਾਨ ਤੌਰ 'ਤੇ ਆਏ ਨੇ ਜਥੇਦਾਰ ਹੀਰਾ ਸਿੰਘ ਜੀ ਗਾਬੜੀਆ, ਸਾਬਕਾ ਮੰਤਰੀ ਪੰਜਾਬ ਔਰ ਪੰਜਾਬ ਦੇ ਨਹੀਂ ਮੈਂ ਕਹਿੰਦਾ ਵਰਲਡ ਪ੍ਰਸਿੱਧ ਬੁਲਾਰੇ ਸ਼੍ਰੀ ਜਤਿੰਦਰ ਪੰਨੂ ਜੀ, ਉਹ ਪਹੁੰਚੇ ਨੇ, ਗੁਰਭਜਨ ਗਿੱਲ ਸਾਹਿਬ ਪਹੁੰਚੇ ਨੇ, ਮੈਡਮ ਸੁਖਵਿੰਦਰ ਅੰਮ੍ਰਿਤ ਜੀ, ਔਰ ਮੈਂ ਕਿਹਦਾ ਨਾਮ ਲਵਾਂ, ਪੰਜਾਬੀ ਦੇ ਨਾਮਵਰ ਲੋਕ ਗਾਇਕ ਸੁਰਿੰਦਰ ਛਿੰਦਾ ਪਾਲੀ ਦੇਤ ਵਾਲੀ ਆ ਜੀ, ਔਰ ਬੜੀਆਂ ਹੀ ਨਾਮਵਰ ਸ਼ਖਸੀਅਤਾਂ ਅੱਜ ਪੁੱਜੀਆਂ ਨੇ ਸਾਡੇ ਕੋਲ ਅਤੇ ਇਹਦੇ ਨਾਲ ਮੈਂ ਸਭ ਦਾ ਹੀ ਧੰਨਵਾਦ ਕਰਦਾ। ਥੈਂਕ ਯੂ।